ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਪੰਨਿਆੜ ਵਿੱਚ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਮੁਸਲਿਮ ਵਿਅਕਤੀ ਕਰੀਮ ਬਖਸ਼ ਪਿੰਡ ਬਾਬਾ ਦੀਨਾਨਗਰ ਦੀ ਬਿਮਾਰੀ ਕਾਰਨ ਮੌਤ ਹੋਣ ਤੋਂ ਬਾਅਦ ਕਬਰਿਸਤਾਨ ਵਿੱਚ ਦਫਨਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਮੁਸਲਿਮ ਭਾਈਚਾਰੇ ਅਤੇ ਇੱਕ ਮੁਸਲਿਮ ਔਰਤ ਵੱਲੋਂ ਲਾਸ਼ ਨੂੰ ਦਫਨਾਉਣ ਲਈ ਰੋਕ ਦਿੱਤਾ ਗਿਆ। ਦੱਸ ਦਈਏ ਕਿ ਇਹ ਔਰਤ ਹਲੀਮਾ ਜੋਗੀ ਪੰਨਿਆੜ ਦੀ ਹੀ ਰਹਿਣ ਵਾਲੀ ਹੈ। ਇਸ ਵਿਵਾਦ ਤੋਂ ਬਾਅਦ ਆਸ ਪਾਸ ਦੇ ਪੰਜਾਬ ਪਿੰਡਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਹਲੀਮਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਮਹਿਲਾ ਫੋਰਸ ਵੀ ਉੱਥੇ ਪਹੁੰਚ ਗਈ ਅਤੇ ਉਹਨਾਂ ਨੇ ਮੁਸਲਿਮ ਭਾਈਚਾਰੇ ਦੇ ਲੋਕ ਅਤੇ ਹਲੀਮਾ ਨਾਲ ਗੱਲਬਾਤ ਕੀਤੀ ਪਰ ਉਹ ਨਾ ਸਮਝੇ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੀ ਮ੍ਰਿਤਕ ਦੀ ਲਾਸ਼ ਨੂੰ ਦਫਨਾਇਆ ਗਿਆ। ਜਾਣਕਾਰੀ ਦਿੰਦਿਆਂ ਗੁੱਜਰ ਭਾਈਚਾਰੇ ਦੇ ਪੰਜਾਬ ਪ੍ਰਧਾਨ ਸੁਰਮੁਦੀਨ ਅਤੇ ਸਾਥੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ 1947 ਤੋਂ ਬਾਅਦ 22 ਕਨਾਲਾਂ ਅਤੇ 4 ਮਰਲੇ ਜ਼ਮੀਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੱਕਰ ਬੋਰਡ ਨੇ ਇਹ ਮੁਸਲਿਮ ਭਾਈਚਾਰੇ ਨੂੰ ਦਿੱਤੀ ਸੀ ਤਾਂ ਜੋ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਦਫਨਾਇਆ ਜਾਵੇ। ਪਰ ਮੁਸਲਿਮ ਭਾਈਚਾਰੇ ਦੀ ਹੀ ਹਲੀਮਾ ਪਤਨੀ ਜਮਾਲ ਸ਼ਾਹ ਜ਼ਬਰਦਸਤੀ ਇਸ ਜਗ੍ਹਾ 'ਤੇ ਕਬਜ਼ਾ ਕਰੀ ਬੈਠੀ ਹੈ, ਜਦਕਿ ਇਸ ਸੰਬੰਧੀ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਵੀ ਲਿਖ ਦਿੱਤਾ ਹੈ। ਕੀ ਸਾਰਾ ਚੱਕਰ ਪਿਆ ਅਤੇ ਕੀ ਮਸਲਾ ਸਾਰਾ ਇੱਥੇ? ਸਰ ਜੀ, ਮਸਲਾ ਇਹ ਕਿ ਪਿੰਡ ਪੰਨਿਆੜ ਬਾਬਾ ਸ਼ਾਹ ਕਰੀਮ ਕਬਰਸਤਾਨ ਹੈ ਸਾਡਾ, ਤਕਰੀਬਨ 200-300 ਸਾਲ ਪੁਰਾਣਾ, ਔਰ ਸਾਡੇ ਪੀੜ੍ਹੀਆਂ ਤੋਂ ਇੱਥੇ ਆਪਣਾ ਮੁਸਲਿਮ ਭਾਈਚਾਰੇ ਦਾ ਦਫਨ ਹੁੰਦਾ ਅਤੇ ਇਹਦੇ ਵਿੱਚ ਅੱਜ ਵੀ ਅਸੀਂ ਪਿੰਡ ਦੁਆਬੇ ਤੋਂ ਸਾਡਾ ਇੱਕ ਰਿਸ਼ਤੇਦਾਰ ਉਹਦੀ ਡੈਥ ਹੋ ਗਈ ਸੀ, ਗੁੱਜਰ ਭਾਈਚਾਰੇ ਦਾ ਬਜ਼ੁਰਗ, ਉਹਦਾ ਦਫਨ ਕਰਨ ਲੱਗੇ, ਕਬਰ ਕੱਢ ਕੇ ਪੂਰੀ ਤਿਆਰ ਕਰਤੀ। ਇੱਕ ਗੁੱਜਰ ਹੈਗਾ ਜਮਾਲ ਸ਼ਾਹ, ਉਹਦੀ ਘਰ ਦੀ ਲੀਮਾ ਪਤਨੀ ਜਮਾਲ ਸ਼ਾਹ, ਉਹਦੀ ਬੇਟੀ, ਉਹਦਾ ਬੇਟਾ, ਪੂਰਾ ਪਰਿਵਾਰ ਜਿਹਨਾਂ ਨਜਾਇਜ਼ ਕਬਜ਼ਾ ਕਰਕੇ 2 ਨੰਬਰ 'ਚ ਕੋਠੀ ਪਾਈ ਹੋਈ ਹੈ, ਔਰ ਸਰਕਾਰ ਨੇ ਸਾਨੂੰ 4 ਦੁਆਰੀ ਕਬਰਸਤਾਨ 'ਚ ਕਰਕੇ ਦਿੱਤੀ ਹੋਈ ਹੈ। ਕੋਰਟ ਨੇ ਸਾਨੂੰ ਸਟੇਅ ਦਿੱਤਾ ਹੋਇਆ ਕਿ ਤੁਸੀਂ ਜੋ ਕਰ ਰਹੇ ਹੋ ਕਬਰਸਤਾਨ ਉੱਥੇ ਚਾਲੂ ਰੱਖੋ, ਬਲਕਿ ਉੱਥੇ ਕਿਸੇ ਵੀ ਇੱਟ ਨਹੀਂ ਲਾਉਣੀ ਜਾਂ ਕੋਈ ਘਰ ਮਕਾਨ ਨਹੀਂ ਬਣਾਉਣਾ, ਲੇਕਿਨ ਅਸੀਂ ਕਬਰਸਤਾਨ ਉੱਥੇ ਬਣਾ ਰਹੇ ਹਾਂ ਬਿਲਕੁਲ ਪੁਰਾਣੀਆਂ ਕਬਰਾਂ ਦੇ ਨਾਲ। ਉਹ ਜਨਾਨੀ ਆ ਕੇ ਕਬਰ 'ਚ ਬਹਿ ਗਈ, ਲੋਕਾਂ ਨੂੰ ਮੰਦਾ ਚੰਗਾ ਬੋਲ ਰਹੀ ਹੈ, ਜਿਹੜੇ ਸਾਡੇ ਮੋਹਤਵਰ ਲੋਕ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਮੈਂ ਚਿੱਟਾ ਪਵਾ ਦਿਆਂਗੀ, ਮੈਂ ਆਪਣੇ ਨਾਲ ਰੇਪ ਦਾ ਤੁਹਾਡੇ 'ਤੇ ਪਰਚਾ ਪਵਾ ਦਿਆਂਗੀ, ਮੇਰੇ ਨਾਲ ਧੱਕੇਸ਼ਾਹੀ ਕਰ ਰਹੀ ਹੈ, ਪ੍ਰਸ਼ਾਸਨ ਸਾਡੇ ਕੋਲ ਖੜ੍ਹਾ। ਸ਼ਾਮ 4 ਵਜੇ ਦਾ ਜਿਹੜਾ ਸਾਡੇ ਬੰਦੇ ਦੀ ਡੈਥ ਹੋਈ ਹੈ, ਹੁਣ ਸਵੇਰ ਦੇ ਤਕਰੀਬਨ 10:19 ਹੋ ਗਈ ਹੈ। ਸਾਡੀ SHO ਸਾਹਿਬ ਨਾਲ ਵੀ ਗੱਲ ਹੋਈ ਹੈ, DSP ਸਾਹਿਬ ਨਾਲ ਵੀ ਗੱਲ ਹੋਈ ਹੈ, ਵਕਫ ਬੋਰਡ ਦਾ ਜਿਹੜਾ ਸਾਡਾ ਜ਼ਿਲ੍ਹੇ ਦਾ ਅਫਸਰ ਹੈਗਾ ਉਹਦੇ ਨਾਲ ਗੱਲ ਹੋਈ ਹੈ। 20 ਕਨਾਲਾਂ ਸਾਡਾ ਕਬਰਿਸਤਾਨ ਰਿਜ਼ਰਵ ਸਰਕਾਰ ਨੇ ਦਿੱਤਾ ਹੋਇਆ, ਬਾਉਂਡਰੀ ਲਾਈਨ ਹੋਈ ਹੈ, ਆਹ ਤੁਹਾਡੇ ਸਾਹਮਣੇ ਮੈਂ 700-800 ਬੰਦਾ ਖੜ੍ਹਾ ਇੱਥੇ ਜਲੀਲ ਕਰਕੇ ਖੜ੍ਹਾ ਕੀਤਾ। ਨਹੀਂ ਹੁਣ ਨਹੀਂ ਦਫਨਾ, ਸਾਨੂੰ ਬਿਲਕੁਲ ਨਹੀਂ ਦਫਨਾ ਦਿੱਤਾ ਜਾ ਰਿਹਾ ਯਾਰ, ਸਾਡੇ ਕਬਰਸਤਾਨਾਂ ਦੇ ਵਿੱਚ ਥਾਂ ਦਾ ਇਹੋ ਹੀ ਚੱਕਰ, ਸਾਡੇ ਨਾਲ ਧੱਕਾ ਘੱਟ ਗਿਣਤੀਆਂ ਨਾਲ। ਤੁਹਾਡੇ ਹੀ ਬਰਾਦਰੀ ਦਾ ਬੰਦਾ ਆ, ਲੇਕਿਨ ਪ੍ਰਸ਼ਾਸਨ ਕੀ ਕਹਿ ਰਿਹਾ ਇਹਦੇ ਬਾਰੇ? ਪ੍ਰਸ਼ਾਸਨ SI ਸਾਹਿਬ ਇੱਥੇ ਖੜੇ ਨੇ, ਸੁਰਜੀਤ ਜੀ, ਵੈਸੇ ਤਾਂ ਉਹ ਸਾਡੀ ਮਦਦ ਵੀ ਕਰ ਰਹੇ ਨੇ, ਲੇਕਿਨ ਲੇਡੀ ਪੁਲਿਸ ਨਾ ਹੋਣ ਕਰਕੇ ਉਹ ਲੇਡੀ ਨਾਲ ਗੱਲਬਾਤ ਰਾਹੀਂ ਉਹਦੇ ਨਾਲ ਮਸਲਾ ਹੱਲ ਕਰਵਾ ਰਹੇ ਨੇ, ਲੇਕਿਨ ਜਦੋਂ ਉਹਦਾ ਹੈ ਹੀ ਕੁਛ ਨਹੀਂ, ਹੁਣ ਉਹ ਕਹਿੰਦੇ ਵੀ ਅਸੀਂ ਲੇਡੀ ਪੁਲਿਸ ਬੁਲਾਈ ਹੈ, ਤੁਸੀਂ 10 ਮਿੰਟ ਡੀਕ ਲਓ ਅਤੇ ਦੇਖੋ ਅੱਗੇ ਉਹ ਕੀ ਕਾਰਵਾਈ ਕਰਦੇ ਆ। ਨਹੀਂ ਕਾਰਵਾਈ ਕਰਨਗੇ ਅਤੇ ਅਸੀਂ ਆਪਣੀ ਡੈਡ ਬੋਡੀ ਲੈ ਕੇ ਜਿਹੜੀ ਹੈ ਨੈਸ਼ਨਲ ਹਾਈਵੇ ਘੇਰਾਂਗੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਅਸੀਂ ਰੋਸ ਪ੍ਰਗਟ ਕਰਾਂਗੇ। ਕੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਸੀ ਜਦੋਂ ਤੁਸੀਂ ਕਹਿ ਰਹੇ ਹੋ, ਖੁਦ ਆਰੋਪ ਲਗਾਇਆ ਕਿ ਇਹ ਕਬਰਸਤਾਨ ਦੀ ਜਗ੍ਹਾ ਪਰ ਇਹਦੇ ਉੱਪਰ ਮਕਾਨ ਬਣਾਇਆ ਗਿਆ, ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ? ਸਰ ਜੀ, ਅਸੀਂ ਇਹਨਾਂ ਨੇ ਸਰਕਾਰੀ ਕੰਧ ਢਾਹਤੀ ਸੀ, ਅੱਜ 4 ਤਰੀਕ 7ਵਾਂ ਮਹੀਨਾ ਸਨ 2022 ਨੂੰ ਸਾਨੂੰ ਕੋਰਟ ਨੇ ਸਟੇਅ ਦਿੱਤਾ ਸੀ, ਅਸੀਂ ਦੂਸਰੇ ਦਿਨ ਹੀ ਡਿਪਟੀ ਸਾਹਿਬ ਦੇ ਆਫਿਸ ਜਾ ਕੇ ਸਟੇਅ ਦੀ ਕਾਪੀ ਦੇ ਆਏ ਸੀ, ਉਹਨਾਂ ਅੱਗੇ ਪ੍ਰਸ਼ਾਸਨ ਨੂੰ ਭੇਜਤੀ ਸੀ।
ਖੈਰ ਅਸੀਂ ਬਾਰ ਬਾਰ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਰਹੇ ਹਾਂ ਵੀ ਉਹ ਗੋਹਾ ਸੁੱਟਦੇ ਨੇ, 500 ਫੁੱਟ ਤਕਰੀਬਨ ਜਿਹੜਾ ਹੈਗਾ ਟਰਾਲੀ ਆਪਣੀ ਜਿਹੜੀ ਆ ਗੋਹੇ ਵਾਲੀ ਲੱਦ ਕੇ ਉੱਪਰੋਂ ਦੀ ਲੰਘਾ ਕੇ ਕਬਰਾਂ 'ਤੇ ਲੈ ਕੇ ਜਾਂਦੇ, ਇਹਨਾਂ ਨੂੰ ਰੋਕੋ। ਲੇਕਿਨ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਰਹੀ ਆ, ਉਹਨਾਂ ਇੱਥੇ ਕੋਈ ਐਕਸ਼ਨ ਨਹੀਂ ਲਿਆ ਅਤੇ ਅੱਜ ਸਾਨੂੰ ਇਹ ਦਿਨ ਦੇਖਣਾ ਪੈ ਗਿਆ ਸਰ। ਕੀ ਮੁਸਲਿਮ ਭਾਈਚਾਰੇ ਦੇ ਵਿੱਚ ਅੱਜ ਕੀ ਰੋਸ ਆ ਫਿਰ ਜੋ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ? ਸਰ ਮੁਸਲਿਮ ਭਾਈਚਾਰੇ ਦਾ ਇਕੱਲਾ ਦੀਨਾਨਗਰ ਦਾ ਨਹੀਂ, ਇਹ ਪੂਰੇ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ। ਪਿੱਛੇ ਅੰਮ੍ਰਿਤਸਰ ਲੱਗੇ ਜਿਹੜਾ ਕਬਰਸਤਾਨ ਉੱਥੇ ਹੋਇਆ, ਹੁਣ ਸਾਡਾ ਪੀੜੀਆਂ ਤੋਂ ਕਬਰਸਤਾਨ ਹੈ। ਪਰ ਇਹ ਤੁਹਾਡੀ ਹੀ ਬਰਾਦਰੀ ਦੇ ਲੋਕ ਕਰ ਰਹੇ ਹਨ ਨਾ ਕੋਈ ਹੋਰ? ਸਰ ਇਹ ਕਾਹਦੇ ਸਾਡੀ ਬਰਾਦਰੀ ਦੇ ਜਿਹਨਾਂ ਨਜਾਇਜ਼ ਕਰਕੇ ਸਾਡੇ ਮੁਰਦਿਆਂ ਦੇ ਉੱਪਰ ਕੋਠੀਆਂ ਬਣਾ ਲਈਆਂ? ਹੁਣ ਸਾਨੂੰ ਨਹੀਂ ਪਤਾ ਵੀ ਵਕਫ ਬੋਰਡ ਦੀ ਸਹਿਮਤੀ ਨਾ ਬਣਾਈ। ਮੰਗ ਕੀ ਰੱਖੀ ਆ ਹੁਣ, ਕੀ ਮੰਗ? ਅਸੀਂ ਕਹਿੰਦੇ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏ, 295 ਇਹਦਾ ਪਰਚਾ ਦਰਜ ਹੋਇਆ ਜਿਹੜੇ ਕਬਰਸਤਾਨ ਦੀ ਬੇਅਦਬੀ ਕਰ ਰਿਹਾ। ਉਹ ਜਨਾਨੀ ਜਾ ਕੇ ਕਬਰ ਦੇ ਵਿੱਚ ਬਹਿ ਗਈ, ਸਣੇ ਜੁੱਤੀਆਂ ਲੱਗੀਆਂ, ਸਾਡੇ ਕੋਲ ਵੀਡੀਓ ਮੌਜੂਦ ਹੈ, ਔਰ ਉਹਨੇ ਸਾਡੀ ਕਬਰ ਦੀ ਬੇਅਦਬੀ ਕੀਤੀ ਹੈ, ਸਾਡੀ ਕੰਧ ਢਾਹਤੀ, ਸਾਡੇ ਮੁਰਦਿਆਂ ਦੇ ਉੱਪਰ ਗੋਹਾ ਲਾਇਆ, ਸਾਡੇ ਮੁਰਦਿਆਂ ਦੇ ਉੱਪਰ ਉਹਦੀ ਟਰਾਲੀਆਂ ਲੱਗਦੀਆਂ ਪਈਆਂ। 295 ਇਹਦਾ ਪਰਚਾ ਫੌਰਨ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ, ਨਹੀਂ ਤਾਂ ਅਸੀਂ ਰੋਡ ਜਾਮ ਕਰਾਂਗੇ। ਜਿਹੜੇ ਭਾਈਚਾਰੇ ਵਿੱਚੋਂ ਇੱਕ ਬਜ਼ੁਰਗ ਦੀ ਡੈਥ ਹੋ ਗਈ ਹੈ, ਉਹ 4 ਵਜੇ ਦੀ ਡੈਥ ਹੋਈ ਦੀ ਹੈ, ਅਸੀਂ ਸਵੇਰ ਦੇ 8 ਵਜੇ ਆ ਕੇ ਇੱਥੇ ਕਬਰ ਖੋਦ ਰਹੇ ਹਾਂ, ਉਹਨਾਂ ਨੇ ਸਾਨੂੰ ਇੱਥੇ ਕਬਰ ਨਹੀਂ ਖੋਦਣ ਦਿੱਤੀ। ਅੱਜ ਸਾਡੀ ਗਰਮੀ ਦੀ ਵਜ੍ਹਾ ਤੋਂ ਲਾਸ਼ ਬਰਬਾਦ ਹੋ ਰਹੀ ਹੈ, ਪ੍ਰਸ਼ਾਸਨ ਵੀ ਇੱਥੇ ਆ ਕੇ ਥੋੜ੍ਹਾ ਥੋੜ੍ਹਾ ਸਾਡੇ ਕੋਲੋਂ ਟਾਈਮ ਲੈ ਰਹੇ ਹੈ, ਅਤੇ ਸਾਡੀ ਕੋਈ ਗੱਲ ਸੁਣਾਈ ਨਹੀਂ ਸਾਡੀ ਹੋ ਰਹੀ ਹੈ ਸਰ। ਅਤੇ ਸਾਨੂੰ 3 ਸਾਲ ਹੋ ਗਏ ਇਹ ਕਬਰਸਤਾਨ ਦੀ ਜਿਹੜੀ ਚਾਰਦੁਆਰੀ ਹੈ, ਇਹ ਸਰਕਾਰ ਨੇ ਪੈਸੇ ਦਿੱਤੇ ਅਤੇ ਮੌਜੂਦਾ ਸਰਪੰਚ ਨੇ ਚਾਰਦੁਆਰੀ ਕਰਾਈ ਹੈ, ਔਰ ਬਾਉਂਡਰੀ ਪੂਰੀ ਕੀਤੀ ਹੈ, ਕਬਰਸਤਾਨ ਸਾਡੇ ਹੱਕ ਵਿੱਚ ਹੈ। ਵਕਫ ਬੋਰਡ ਨੇ ਸਾਨੂੰ ਰਿਜ਼ਰਵ ਵਾਸਤੇ ਇਹਦੀਆਂ ਚਿੱਠੀਆਂ ਕੱਢ ਕੇ ਦੇ ਦਿੱਤੀ ਦੀਆਂ, ਕੁਛ ਵਕਫ ਬੋਰਡ ਦੇ ਕਾਨੂੰਨਾਂ ਦੇ ਮੁਤਾਬਕ ਦੇਰੀ ਹੋ ਗਈ ਆ, ਅੱਜ ਵੀ ਸਾਡੀ ਰਿਪੋਰਟ ਗਈ ਦੀ। ਉਹ ਲੇਡੀਜ਼ ਕਿਉਂ ਨਹੀਂ ਦਫਨਾਉਣ ਦਿੰਦੀ, ਕੀ ਕਾਰਨ ਕੀ ਆ? ਲੇਡੀ ਨੇ ਨਜਾਇਜ਼ ਕਬਜ਼ਾ ਕੀਤਾ ਦਾ ਹੈ, ਇਹ ਕਹਿੰਦੇ ਕਿ ਅਸੀਂ ਇੱਥੇ 70 ਸਾਲ ਤੋਂ ਰਹਿਣ ਵਾਲੇ ਹਾਂ। ਜਿਸ ਬੰਦੇ ਦੀ 50 ਸਾਲ ਉਮਰ ਵੀ ਨਹੀਂ ਹੋਈ, ਉਹ 70 ਸਾਲ ਦਾ ਇੱਥੇ ਵਸਿੰਦਾ ਕਰਾਰ ਦੇ ਰਿਹਾ ਆਪਣੇ ਆਪ ਨੂੰ, ਪਰ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ। ਸਾਡੇ ਵਿੱਚ ਬਜ਼ੁਰਗ ਸਾਡੇ ਖਲੋਤੇ ਦੇ, ਅਸੀਂ ਇਹ 5-7 ਸਾਲ ਦਾ ਇੱਥੇ ਸ਼ਾਮਲਟ ਜਗ੍ਹਾ ਦਾ ਸਾਂਝਾ ਦੇ ਕੇ ਇੱਥੇ ਰਹਿ ਰਿਹਾ ਸੀ। ਪਤਾ ਨਹੀਂ ਕਿਸ ਬੰਦੇ ਨੇ ਕਿਹਦੇ ਨਾਲ ਮਿਲ ਕੇ ਇੰਨੇ ਕੋਠੀ ਬਣਾਈ, ਅਸੀਂ ਜੇ ਇਹਦੇ ਰੋਸ ਕਰਦੇ ਸੀ ਭਾਈਚਾਰੇ ਦੇ ਨਾਲ ਪਿਆਰ ਨਾਲ, ਇਹ ਸਾਨੂੰ ਅੱਗੇ ਕਹਿੰਦਾ ਵੀ ਮੇਰੀ ਜਗ੍ਹਾ ਜਿਹੜੀ ਹੈ ਵਕਫ ਬੋਰਡ ਤੋਂ ਬਾਹਰ ਹੈਗੀ ਹੈ, ਇਹ ਸਾਰੀ ਸ਼ਾਮਲਟ ਹੈਗੀ ਹੈ। ਜਦੋਂ ਅਸੀਂ ਪਿੱਛੇ ਨਿਸ਼ਾਨਦੇਹੀ ਕਰਾਈ, ਇੱਥੇ ਨਿਸ਼ਾਨਦੇਹੀ ਹੋਈ, ਲੈਰਜਰ ਮਸ਼ੀਨ ਨਾਲ ਨਿਸ਼ਾਨਦੇਹੀ ਹੋਈ, ਤੇ ਸਾਰੀ ਜਗ੍ਹਾ ਉਹਦੀ ਵਕਫ ਬੋਰਡ ਦੇ ਵਿੱਚ ਆਉਂਦੀ ਹੈ। ਕਿੰਨਾ ਟਾਈਮ ਦੇ ਰਹੇ ਹੋ ਤੁਸੀਂ ਹੁਣ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ 15 ਮਿੰਟ ਦਾ ਟਾਈਮ ਮੰਗਿਆ SI ਸਾਹਿਬ ਨੇ, ਤੇ ਅਸੀਂ 15 ਮਿੰਟ ਦਾ ਟਾਈਮ ਦਿੱਤਾ। ਅਗਰ 15 ਮਿੰਟ ਬਾਅਦ ਸਾਡਾ ਮਸਲਾ ਨਾ ਹੱਲ ਹੋਏਗਾ ਤੇ ਅਸੀਂ ਹਾਈਵੇ ਜਾਮ ਕਰ ਦਿਆਂਗੇ। ਕਹਿਣਾ ਚਾਹੋਗੇ ਜੀ? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ, ਇਨਸਾਫ ਹੋਣਾ ਚਾਹੀਦਾ। ਇਹ ਕਬਰਸਤਾਨ ਮਰਨ ਦੀ ਜਗ੍ਹਾ, ਇਹ ਜੀਣ ਦੀ ਕਿਸੇ ਦੀ ਵੀ ਨਹੀਂ। ਇਹ ਸਟੇ ਦਾ ਮੁੱਦਾ ਉਠਾਉਂਦੇ ਆ ਵੀ ਅਸੀਂ ਸਟੇ ਲਿਆਦਾ ਹੈ। ਸਟੇ ਦੋਵਾਂ ਧੁਰਾਂ ਵਾਸਤੇ ਬਰਾਬਰ ਹੁੰਦਾ ਹੈ। ਉਹ ਵੀ ਇਸ ਜਗ੍ਹਾ ਨੂੰ ਖਾਲੀ ਕਰ ਦਿੰਦੇ, ਅਸੀਂ ਕਬਰ ਉੱਥੇ ਬਣਾ ਲੈਂਦੇ ਹਾਂ। ਸਾਡੀ ਇਹੋ ਹੀ ਮੰਗ ਹੈ ਪ੍ਰਸ਼ਾਸਨ ਕੋਲ ਵੀ ਵੀ ਇਹ ਜਿਹੜੀ ਪਰਾਲੀ ਅਤੇ ਗੋਹਾ ਇਹ ਚੁੱਕਿਆ ਜਾਏ ਅਤੇ ਅਸੀਂ ਕਬਰ ਜਿਹੜੀ ਇਹ ਪਰੇ ਬਣਾ ਲੈਂਦੇ ਹਾਂ। ਅਸੀਂ ਇਹ ਲੜਾਈ ਜਾਂ ਝਗੜਾ ਕਰਨਾ ਨਹੀਂ। ਕਿੰਨੀ ਦੇਰ ਤੋਂ ਇਹ ਅਲਾਟ ਕੀਤਾ ਹੋਇਆ ਸਰਕਾਰ ਨੇ ਜਾਂ ਬੱਕਰ ਬੋਰਡ ਨੇ ਤੁਹਾਨੂੰ? ਕੋਈ 250 ਸਾਲ ਤੋਂ ਹੈ ਜੀ, ਸਾਡੇ ਬਜ਼ੁਰਗਾਂ ਤੋਂ ਵੀ ਪਹਿਲੇ ਕੀਤਾ ਦਾ, ਇਹ ਕੋਈ ਅੱਜ ਦਾ ਨਹੀਂ ਹੈ, ਪੁਰਾਣਾ ਕਦੇ ਦਾ ਹੈਗਾ। ਫਿਰ ਤੁਹਾਡੀ ਹੀ ਬਰਾਦਰੀ ਦੇ ਕਿਉਂ ਇਹਦੇ ਵਿੱਚ? ਉਹ ਕਿਉਂ, ਉਹ ਇੱਥੇ ਰਹਿੰਦੇ ਸੀ ਨਾ, ਜਿਹੜਾ ਮਾੜਾ ਕੰਮ ਕਰਦਾ ਉਹਦਾ ਉਛਾਲ ਹੁੰਦਾ ਉਹਨੂੰ। ਉਹ ਇੱਥੇ ਕਬਰਾਂ ਵਿੱਚ ਬੈਠੇ ਰਹੀਏ, ਕਬਰਾਂ ਵਿੱਚ ਬਹਿਣ ਦੀ ਜਗ੍ਹਾ ਨਹੀਂ, ਉਹ ਇੱਥੇ ਬੈਠੇ ਰਹੀਏ। ਉਹ ਕਹਿੰਦੇ ਵੀ ਅਸੀਂ ਜਾਣਦੇ ਹੀ ਨਹੀਂ ਕਬਰਾਂ ਨੂੰ, ਅਸੀਂ ਚੰਗੇ ਮਾੜੇ ਨੂੰ ਕਿਸੇ ਨੂੰ ਜਾਣਦੇ ਹੀ ਨਹੀਂ। ਅਤੇ ਹੁਣ ਅਸੀਂ ਇਹੋ ਕਹਿੰਦੇ ਹਾਂ ਵੀ ਜੇ ਕਦੇ ਸਟੇ ਜਿਹੜੀ ਹੈ ਇਹ ਦੋਵਾਂ ਧੁਰਾਂ ਦੇ, ਇਹ ਅਸੀਂ ਤੁਹਾਡੇ ਗਾੜੀ ਵੀ ਅਤੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਕਰਾਂਗੇ ਵੀ ਇਹ ਪਰਾਲੀ 'ਤੇ ਜਿਹੜਾ ਸਮਾਨ ਹੈ ਇਹਨਾਂ ਦਾ ਵੀ ਚੁੱਕਿਆ ਜਾਏ, ਸਾਡਾ ਵੀ ਚੁੱਕਿਆ। ਜਦੋਂ ਕੋਰਟ ਫੈਸਲਾ ਦੇਗਾ, ਰਿਜ਼ਰਵ ਹੋ ਜਾਏਗੀ, ਫਿਰ ਅਸੀਂ ਜੋ ਇੱਥੇ ਬਣਾਉਣਾ ਹੋਵੇਗਾ ਬਣਾ ਲਿਆਂਗੇ।
ਉੱਧਰ ਜਦੋਂ ਹਲੀਮਾ ਪਤਨੀ ਜਮਾਲ ਸ਼ਾਹ ਵਾਸੀ ਪਨਿਆੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਜਗ੍ਹਾ 'ਤੇ ਉਹ ਕਈ ਸਾਲਾਂ ਤੋਂ ਰਹਿ ਰਹੇ ਨੇ ਅਤੇ ਇਸ ਜਗ੍ਹਾ 'ਤੇ ਉਸਦੀ ਸੱਸ ਕੋਲ ਕਾਗਜ਼ਾਤ ਵੀ ਹਨ ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਕੇਸ ਚੱਲਣ ਦੇ ਬਾਵਜੂਦ ਵੀ ਲੋਕ ਇੱਥੇ ਲਾਸ਼ ਨੂੰ ਕਿਉਂ ਦਫਨਾ ਰਹੇ ਨੇ, ਇਸ ਸੰਬੰਧੀ ਹਲੀਮਾ ਨੇ ਹੋਰ ਕੀ ਜਾਣਕਾਰੀ ਦਿੱਤੀ, ਆਓ ਤੁਹਾਨੂੰ ਸੁਣਾਉਂਦੇ ਹਾਂ। ਇੱਥੇ ਦਫਨਾ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਸਾਹਿਬ ਜੀ, ਸਾਡੀ ਜ਼ਮੀਨ ਹੈ, ਇਹਨਾਂ ਨੇ ਸਾਡੇ ਧੱਕਾ ਕਰਕੇ ਸੋਹਾਂ ਚੁੱਕੇ ਕੰਧ ਚੜਾਈਆਂ ਅਤੇ ਬਾਕੀ 60 ਸਾਲ ਦਾ ਸਾਡਾ ਕਬਜ਼ਾ, ਬੋਰ ਹੋਇਆ ਵਾ, ਪਰਾਲੀ ਲੱਗੀ ਦੀ ਹੈ, ਰੂੜੀ ਲੱਗੀ ਦੀ, ਬਾਕੀ ਕੋਰਟ 'ਚ ਸਾਡਾ ਕੇਸ ਚੱਲਣ ਡਿਆ। ਲੇਕਿਨ ਪ੍ਰਸ਼ਾਸਨ ਨੇ, ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਿਹਾ ਆ ਕਿ ਇਹਨਾਂ ਨੂੰ ਅਲਾਟ ਕੀਤੀ ਆ ਇਹ ਜਗ੍ਹਾ ਜਿਹੜੀ ਆ ਦਫਨਾਉਣ ਵਾਸਤੇ, ਪਹਿਲਾਂ ਵੀ ਦਫਨਾਉਂਦੇ ਆਏ? ਪਹਿਲੇ ਨਹੀਂ ਦਫਨਾਉਂਦੇ, ਕਬਰਸਤਾਨ ਹੈ ਕੰਧ ਤੋਂ ਪਰੇ, ਪੁਰਾਣਾ ਕਬਰਸਤਾਨ ਜਿਹੜਾ ਸਾਹਿਬ ਇਹ ਕੰਧ ਤੋਂ ਪਰੇ। ਹਾਂ, ਇਹ ਜਿਹੜੀ ਜਗ੍ਹਾ 8 ਕਨਾਲਾ ਇਹ ਸਾਡੇ ਕੋਲ। ਲੇਕਿਨ ਤੁਹਾਡੀ ਹੀ ਬਰਾਦਰੀ ਦੇ ਲੋਕ ਅੱਜ ਇੱਥੇ ਕਿਸੇ ਦੇ ਮੁਰਦੇ ਨੂੰ ਦਫਨਾਉਣ ਆਏ ਆ, ਲੇਕਿਨ ਇਹ ਅੱਛਾ ਲੱਗ ਰਿਹਾ ਕਿ ਤੁਸੀਂ ਇੱਥੇ ਦਫਨਾਉਣ ਨਹੀਂ ਦੇ ਰਹੇ? ਨਹੀਂ, ਅੱਛਾ ਨਹੀਂ ਲੱਗ ਰਿਹਾ, ਪਰ ਇਸ ਬਲਾਦਰੀ ਨੇ ਸਾਡੇ ਨਾਲ ਬੜਾ ਭਾਰਾ ਧੱਕਾ, ਜ਼ੁਲਮ ਕੀਤਾ। ਇੱਕ ਬੰਦੇ ਨਾਲ ਇੰਨੀ ਬਲਾਦਰੀ ਨੇ ਜ਼ੁਲਮ ਕਰਨ ਦੇ ਨੇ, ਇਹ ਸਾਰੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੇ ਇਕੱਠੇ ਹੋ ਕੇ ਆਏ ਆ, ਉਹਦੇ ਪਿੱਛੇ ਆਏ ਆ, ਇਹ ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ, ਅਸੀਂ ਹਾਰ ਕੇ ਕੋਰਟ ਵਿੱਚ ਚੱਲ ਗਏ, ਕੋਰਟ ਦਾ ਕੇਸ ਦਾ ਅੱਜ ਕਿਉਂ ਲੰਘਣ ਦੇ? ਜਦੋਂ ਇਹ ਜਗ੍ਹਾ ਦੀ ਲੜਾਈ ਪੈ ਗਈ, ਇਹਦਾ ਜਦੋਂ ਫੈਸਲਾ ਸਮਝੌਤਾ ਹੋਏਗਾ, ਫਿਰ ਇਹ ਕਬਰ ਕਿੱਥੇ ਦਫਨਾਉਣਾ ਚਾਹੀਦਾ ਫਿਰ ਇਹਨਾਂ ਨੂੰ? ਇਹ ਪਰੇ ਕਬਰਸਤਾਨ ਹੈ ਪੁਰਾਣਾ, 13 ਕਨਾਲ ਕਬਰਸਤਾਨ ਹੈ ਪੁਰਾਣਾ। ਪਿਛਲੇ ਸ਼ਾਮੀ 4 ਵਜੇ ਦੀ ਜਿਹੜੀ ਲਾਸ਼ ਆ ਇੱਥੇ ਰੱਖੀ ਦੀ ਆ ਕੱਲ ਦੀ, ਔਰ ਅਜੇ ਤੱਕ ਬੇਅਦਬੀ, ਜਿਹਨੂੰ ਇੱਕ ਬੇਅਦਬੀ ਬੋਲਦੇ ਆ ਕਿ ਲਾਸ਼ ਨੂੰ ਨਹੀਂ ਦਫਨਾਉਣ ਦੇਣਾ, ਫਿਰ ਇਹਦਾ ਜ਼ਿੰਮੇਵਾਰ ਕੌਣ? ਲੜਾਈ ਵਾਲੀ ਜ਼ਮੀਨ ਵਿੱਚ ਸਾਹਿਬ ਥੋੜੇ ਦਫਨਾਉਣੇ, ਪਰੇ ਕਬਰਸਤਾਨ ਹੈ 13 ਕਨਾਲ, 13 ਕਨਾਲ ਪੁਰਾਣਾ ਕਬਰਸਤਾਨ। ਜੇ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਫਿਰ ਕੋਈ ਕਾਰਵਾਈ ਕਰੇਗਾ ਤੇ ਫਿਰ ਉਹ ਕਰੇਗਾ, ਫਿਰ ਸਾਡੇ ਨਾਲ ਪਿੱਛੋਂ ਹੀ ਧੱਕਾ ਹੋਣ ਡਿਆ ਸਰ, ਗੁੱਜਰ ਵੀ ਸਾਡੇ ਨਾਲ ਧੱਕਾ ਕਰਨਦੇ, ਜੇ ਸਰਕਾਰ ਵੀ ਤੁਹਾਡੀ ਹੀ ਬਰਾਦਰੀ ਦੇ ਲੋਕ ਆ ਜੋ ਉੱਥੇ ਦਫਨਾਉਣਾ, ਸਾਡੀ ਬਰਾਦਰੀ ਦੇ ਸਾਡੇ ਨਾਲ ਧੱਕਾ ਕਰਨ ਡੇ ਨੇ, ਪਰ ਪਿੱਛੇ ਅਹਿਸਾਸ ਕਰੋ ਨਾ। ਹਾਂ, ਨਹੀਂ, ਹਜ਼ਾਰਾਂ ਗੁੱਜਰ ਇੱਥੇ ਆਏ ਆ, ਹਜ਼ਾਰਾਂ ਗੁੱਜਰ, ਇੱਕ ਨਹੀਂ ਹਜ਼ਾਰਾਂ ਗੁੱਜਰ ਇੱਥੇ ਆਏ ਆ, ਇਹ ਬਥੇਰੇ ਗੁੱਜਰ ਆ, ਅਸੀਂ ਕੱਲਾ ਡੇਰਾ ਤਾਂ ਸਾਡੇ ਨਾਲ ਧੱਕਾ ਆਉਣ ਡਿਆ। ਉਹ ਕਹਿੰਦੇ ਬੱਕਰ ਬੋਲੀ ਜਗ੍ਹਾ ਅਲਾਟ ਕੀਤੀ ਆ ਸਰਕਾਰ ਦੇ, ਬਾਉਂਡਰੀ ਵਾਲ ਕਰਕੇ ਦਿੱਤਾ। ਅਲਾਟ ਦਾ ਕੋਈ ਪ੍ਰੂਫ ਨਹੀਂ, ਇਹਨਾਂ ਨੇ ਸੋਹਾਂ ਖਾ ਕੇ ਕੰਧ ਚੜਾਈਆਂ ਸੀ ਵੀ ਤੇਰੀ ਜਗ੍ਹਾ, ਅਸੀਂ ਪੈਸੇ ਖਾਣੇ ਸਰਕਾਰ ਕੋਲੋਂ ਤੇ ਤੂੰ ਕੰਧ ਚੜ ਲੈਣੀ। ਤੁਸੀਂ ਇਹਨਾਂ ਨੇ ਕੁਰਾਨ ਪਾ ਕੇ, ਇਹਨਾਂ ਦੇ ਸਿਆਣਿਆਂ ਬਜ਼ੁਰਗਾਂ ਨੇ ਕੁਰਾਨ ਪਾਕ ਚੁੱਕਿਆ ਹੈ, ਇਹ ਸੋਹਾਂ ਨੂੰ ਵੀ ਨਹੀਂ ਮੰਨਦੇ, ਇਹ ਧੱਕਾ ਕੰਢ ਜੀ ਸਾਹਿਬ, ਇੱਕ ਬੰਦੇ ਨਾਲ ਧੱਕਾ ਹੋਣ ਡਿਆ ਦਾ, ਫਿਰ ਜਦੋਂ ਹਾਰ ਕੇ ਅਸੀਂ ਕੋਰਟ ਚ ਚੱਲ ਗਏ, ਧੱਕਾ ਇੱਕ ਜਗ੍ਹਾ ਹੀ, ਉਹ ਤੁਸੀਂ ਕੋਰਟ ਦੀ ਲੜਾਈ ਲੜ ਸਕਦੇ ਸੀ, ਪਰ ਜੇ ਫਿਰ ਕੋਰਟ ਜਦੋਂ ਆਰਡਰ ਕਰੇਗੀ ਫਿਰ ਦੱਬੇ, ਮਤਲਬ ਕੋਰਟ ਜਦੋਂ ਕੋਰਟ ਆਰਡਰ ਕਰੇਗੀ ਤੇ ਫਿਰ ਲਾਸ਼ ਦਫਨਾਉਣਗੇ। ਅਰੇ ਲਾਸ਼ ਪਰੇ ਮਤ ਕਬਰਸਤਾਨ, 13 ਕਨਾਲ, ਇਹਦੇ ਨਾਲ ਫਿਰ ਬੇਅਦਬੀ ਨਹੀਂ ਹੋਏਗੀ ਲਾਸ਼ ਦੀ? ਨਹੀਂ, ਬੇਅਦਬੀ ਹੋਗੀ ਤਾਂ ਪਰੇ ਸਾਹਿਬ ਕਬਰਸਤਾਨ ਹੈ ਨਾ, ਜੇ ਕਬਰਸਤਾਨ ਹੁੰਦਾ ਨਹੀਂ ਫਿਰ ਤਾਂ ਜੀ।